ਤੁਹਾਡਾ ਬਰਾ ਇੰਜੋਏ ਕਰਕੇ ਆਇਆ ਲਾਈਫ ਆਈ ਵਾਜ਼ ਇਨ ਮਰੀ ਅੱਛਾ ਓਏ ਹੋਏ ਯਾਰ ਮਤਲਬ ਯਾਰ ਏਡਾ ਹਸੀਨ ਮੌਸਮ ਅੱਛਾ ਦੇਰ ਬਾਅਦ ਸਨੋ ਫਾਲਿੰਗ ਟੂ ਦਾ ਤ੍ਰਿਕਟ ਧਾਮ ਦਿਨਕ ਦਿਨ ਯਾਰ ਜਿੰਨੀ ਦੇਰ ਮੈਂ ਉੱਥੇ ਰਿਹਾ ਨਾ ਸਨੋ ਫਾਲ ਹੀ ਹੁੰਦੀ ਰਹੀ ਮੇਰੇ ਉੱਤੇ ਬਰਫਾਂ ਡਿੱਗ ਰਹੀਆਂ ਉਹ ਫਿਰ ਮੈਂ ਮਰੀ ਤਿੰਨ ਦਿਨ ਰਿਹਾ ਜ਼ਿੰਦਗੀ ਚ ਪਹਿਲੀ ਵਾਰੀ ਤਿੰਨ ਦਿਨ ਤਾਦਰ ਕਟਦਾ ਤਾਦਰ ਕਟਦੇ ਨੇ ਤੇ ਅਚਾਨਕ ਮੀਆਂ ਸਾਹਿਬ ਦਾ ਫੋਨ ਆ ਗਿਆ ਮੈਂ ਕਿਹਾ ਯਾਰ ਏਡਾ ਮਜ਼ਾ ਆ ਰਿਹਾ ਸੀ ਮੀਆਂ ਸਾਹਿਬ ਮੈਨੂੰ ਕਹਿੰਦੇ ਨੇ ਯੂ ਆਰ ਇਨ ਦਾ ਮਰੀ ਮੈਂ ਕਿਹਾ ਯੈਸ ਸਰ ਮੈਨੂੰ ਕਹਿੰਦੇ ਨੇ ਉਹ ਹਮਾਰੇ ਘਰੋਂ ਕੇ ਆ ਕੇ ਸਾਰੀ ਬਰਫ਼ ਜਮੀ ਹੋਈ ਹੈ ਤੋ ਉਸਕੋ ਹਟਾਓ ਉਹ ਫਿਰ ਮੈਂ ਲੈ ਕੇ ਗਿਆ ਸਾਰੀਆਂ ਗੱਡੀਆਂ ਛੱਡੀਆਂ ਉਹ ਸਾਰੀ ਮੈਂ ਸਫਾਈ ਕੀਤੀ ਤੇ ਮੈਨੂੰ ਕਹਿੰਦੇ ਨੇ ਆਪਣੇ ਮੀਆਂ ਅਫਜ਼ਲ ਨਿਰਗੋਲੀ ਇਹ ਬਰਫ਼ ਕਬ ਪਿਘਲੇਗੀ ਮੈਂ ਕਿਹਾ ਸਰ ਜਬ ਇਲੈਕਸ਼ਨ ਹੋਗਾ ਤੋ ਸਾਰੀ ਬਰਫ਼ ਪਿਘਲ ਜਾਏਗੀ ਕਿਆ ਜਵਾਬ ਦਿੱਤਾ ਇਸ ਗੱਲ ਤੇ ਮੇਰੇ ਸਾਥੀ ਬੜੇ ਖੁਸ਼ ਸਨ ਮੇਰੇ ਨਾਲ ਆਈ ਕੈਨ ਇਮੇਜਿਨ ਹਾਂ ਤੇ ਬਸ ਫਿਰ ਉਹ ਮੈਂ ਥੋੜੀ ਜਿਹੀ ਸਫਾਈ ਸਫੂਈ ਕਰਕੇ ਵਾਪਸ ਆਇਆ ਮੈਂ ਕਿਹਾ ਤੁਹਾਨੂੰ ਇਨਵਾਈਟ ਕਰਾਂ ਅੱਛਾ ਆ ਪ੍ਰੋਗਰਾਮ ਤੁਹਾਡਾ ਕਦੋਂ ਖਤਮ ਹੋਣਾ ਯਾਰ ਅਭੀ ਤਾਂ ਮੈਂ ਬੀਚ ਮੇਂ ਹਾਂ ਬਿਲਕੁਲ ਸ਼ੋਕ ਹੈ ਮੇਰੇ ਪਾਸ ਗੈਸਟ ਬੈਠੇ ਹੋਏ ਮੈਂ ਤੇ 24 ਘੰਟੇ ਡ੍ਰੌਪ ਦ ਸਟਿਕ ਮਾਈ ਫੇਵਰੇਟ ਹੀਰੋ ਐਸਨ ਖਾਨ ਸਾਹਿਬ ਬਿਲਕੁਲ ਬਿਲਕੁਲ ਓ ਮਾਈ ਗੋਡ ਆਈ ਲਵ ਦਿਸ ਗਾਏ ਅੱਛਾ ਹਾਂ ਇਹਦੀਆਂ ਮੈਂ ਫਿਲਮਾਂ ਵੀ ਦੇਖੀਆਂ ਤੇ ਆਪਣਾ ਟੀਵੀ ਡਰਾਮੇ ਜੀ ਬਿਲਕੁਲ ਔਰ ਅੱਲਾ ਦੇ ਹੁਕਮ ਨਾਲ ਹੋਸਟ ਵੀ ਨੰਬਰ 1 ਬਿਲਕੁਲ ਭਲਾ ਕਿਉਂ ਅੱਖਾਂ ਹੀ ਐਡੀਆਂ ਸੋਹਣੀਆਂ ਨੇ ਬਿਲਕੁਲ ਕਮਾਲ ਬੜੇ ਦਿਨ ਦਾ ਮੇਰੇ ਦੇਹ ਨਹੀਂ ਸੀ ਮੈਂ ਕਿਹਾ ਐਸਨ ਖਾਨ ਸਾਹਿਬ ਕਿਧਰੇ ਮਿਲਣ ਨਾ ਤੇ ਜੱਫੀ ਪਾ ਕੇ ਪਸਲੀ ਤੋੜਦੇ ਆ ਐਸਾ ਨਹੀਂ ਆਪਣੀ ਆਪਣੀ ਗੈਸਟ ਨਾਲ ਬੜਾ ਇਸ ਤਰ੍ਹਾਂ ਬੰਦਾ ਕਰ ਸਕਦਾ ਬਿਲਕੁਲ ਔਰ ਯਕੀਨ ਕਰੋ ਕਿ ਅੱਜ ਮੇਰਾ ਦਿਲ ਏਡਾ ਖੁਸ਼ ਹੈ ਨਾ ਉਹ ਓਏ ਹੋਏ ਦੱਸਿਆ ਹੀ ਨਹੀਂ ਉਹ ਸਾਥ ਓ ਮਾਈ ਗੋਡ ਯਾਰ ਅੱਜ ਸੂਰਜ ਕਿਧਰੋਂ ਨਿਕਲਿਆ ਆਪ ਜਾਣਦੇ ਲਓ ਦੱਸੋ ਇਹ ਤੇ ਮੋਹਤਰਮਾ ਸਾਡੀ ਬੜੀ ਮੋਸਨ ਨੇ ਲਓ ਦੱਸੋ ਅਗਰ ਇਹ ਦੁਨੀਆ ਦੇ ਨਾ ਹੁੰਦੀ ਨੀਲਮ ਮੁਨੀਰ ਸਾਹਿਬਾ ਤੇ ਨਾਕੇ ਦੇ ਉੱਤੇ ਅਸੀਂ ਮਰ ਖੱਪ ਜਾਣਾ ਸੀ ਅੱਛਾ ਰਾਤ ਦੇ ਨਾਕੇ ਤੁਹਾਨੂੰ ਪਤਾ 12-12 ਘੰਟੇ ਦੀ ਡਿਊਟੀ ਹੁੰਦੀ ਉਹ ਫਿਰ ਮੈਡਮ ਦੀ ਮਿਹਰਬਾਨੀ ਨਾਲ 12 ਘੰਟੇ ਕੱਟਦੇ ਨੇ ਹਾਂ ਮੈਂ ਹੁਣ ਵੱਡਾ ਮੋਬਾਈਲ ਲੈ ਲਿਆ ਨਾ ਅੱਛਾ ਉਹ ਫਿਰ ਮੈਂ ਸੈਂਟਰ ਦੇ ਵਿੱਚ ਲਾ ਦਿੰਦਾ ਅੱਛਾ ਨਾਲੇ ਗੱਡੀਆਂ ਚੈੱਕ ਕਰ ਰਹੇ ਹੁੰਦੇ ਨੇ ਨਾਲੇ ਇਹਨਾਂ ਦਾ ਗਾਣਾ ਵੇਖ ਰਹੇ ਕੌਣ ਸਾ ਗਾਣਾ ਤੁਹਾਨੂੰ ਪਤਾ ਹੀ ਨਹੀਂ ਨਹੀਂ ਕੌਣ ਸਾ ਉਹ ਪੂਰੀ ਦੁਨੀਆ ਤੇ ਮਕਬੂਲ ਹੋਇਆ ਕੌਣ ਸਾ ਮਾਹੀ ਓ ਸਰ ਮੈਂ ਤੇ ਉੱਥੇ ਪਰਫਾਰਮ ਕਰਨਾ ਕਿੱਥੇ ਸਾਰੇ ਪੁਲਿਸ ਵਾਲੇ ਇਕੱਠੇ ਹੋਏ ਹੁੰਦੇ ਨੇ ਹਾਂ ਤੇ ਮੈਂ ਫਿਰ ਉਹਨਾਂ ਨੂੰ ਕਰਕੇ ਵਖਾਣਾ ਮਾਹੀ ਵੇ ਹਾਏ 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 ਮੁਹੱਬਤਾਂ ਸੱਚੀਆਂ ਨੇ ਮਾਸ਼ਾਅੱਲਾ ਇੰਡੋ ਪਾਕ ਦੇ ਵਿੱਚ ਸਭ ਤੋਂ ਖੂਬਸੂਰਤ ਹੀਰੋਇਨ ਕਿਹੜੀ ਹੈ ਭਲਾ ਕਿਹੜੀ ਹੈ ਮੈਂ ਤੁਹਾਡੇ ਕੋਲ ਪੁੱਛ ਰਿਹਾ ਤੁਸੀਂ ਮੇਰੇ ਕੋਲ ਆਪਣਾ ਇੱਕ ਫੁੱਟ ਦੀ ਇਜਾਜ਼ਤ ਕਿਉਂਕਿ ਇਜਾਜ਼ਤ ਬੜੀ ਜ਼ਰੂਰੀ ਹੈ ਸਰ ਬਈ ਅੱਜ ਦਾ ਦਿਨ ਤੇ ਮੇਰੀ ਲਾਈਫ ਦਾ ਸਭ ਤੋਂ ਵੱਡਾ ਸਬਸਕ੍ਰਾਈਬ ਦਿਨ ਹੈ ਤੁਹਾਡਾ ਬਰਾ ਇੰਜੋਏ ਕਰਕੇ ਆਇਆ ਲਾਈਫ ਆਈ ਵਾਜ਼ ਇਨ ਮਰੀ ਅੱਛਾ ਓਏ ਹੋਏ ਯਾਰ ਮਤਲਬ ਯਾਰ ਏਡਾ ਹਸੀਨ ਮੌਸਮ ਅੱਛਾ ਦੇਰ ਬਾਅਦ ਸਨੋ ਫਾਲਿੰਗ ਟੂ ਦਾ ਤ੍ਰਿਕਟ ਧਾਮ ਦਿਨਕ ਦਿਨ ਯਾਰ ਜਿੰਨੀ ਦੇਰ ਮੈਂ ਉੱਥੇ ਰਿਹਾ ਨਾ ਸਨੋ ਫਾਲ ਹੀ ਹੁੰਦੀ ਰਹੀ ਮੇਰੇ ਉੱਤੇ ਬਰਫ਼ਾਂ ਡਿੱਗ ਰਹੀਆਂ ਉਹ ਫਿਰ ਮੈਂ ਮਰੀ ਤਿੰਨ ਦਿਨ ਰਿਹਾ ਜ਼ਿੰਦਗੀ ਚ ਪਹਿਲੀ ਵਾਰੀ ਤਿੰਨ ਦਿਨ ਤਾਦਰ ਕਟਦਾ ਤਾਦਰ ਕਟਦੇ ਨੇ ਤੇ ਅਚਾਨਕ ਮੀਆਂ ਸਾਹਿਬ ਦਾ ਫੋਨ ਆ ਗਿਆ ਮੈਂ ਕਿਹਾ ਯਾਰ ਏਡਾ ਮਜ਼ਾ ਆ ਰਿਹਾ ਸੀ ਮੀਆਂ ਸਾਹਿਬ ਮੈਨੂੰ ਕਹਿੰਦੇ ਨੇ ਯੂ ਆਰ ਇਨ ਦਾ ਮਰੀ ਮੈਂ ਕਿਹਾ ਯੈਸ ਸਰ ਮੈਨੂੰ ਕਹਿੰਦੇ ਨੇ ਉਹ ਹਮਾਰੇ ਘਰੋਂ ਕੇ ਆ ਕੇ ਸਾਰੀ ਬਰਫ਼ ਜਮੀ ਹੋਈ ਹੈ ਤੋ ਉਸਕੋ ਹਟਾਓ
وہ پھر میں لے کے گیا ساری گڈیاں چھڈیاں وہ ساری میں صفائی کی تھی تے میں نے کہنے کہ اپنے میاں آپ ذرا نرگولی یہ برف کب پگھلے گی میں کہ سر جب الیکشن ہوگا تو ساری برف پگھل جائے گی کیسا جواب دیتا اس گل تے میرے ساتھی بڑے خوش سن میرے نال آئی کین امیجن ہاں تے بس پھر میں تھوڑی جی صفائی صفوئی کر کے واپس آیا میں کہ تانوں انوائٹ کراں اچھا اے پروگرام تہاڈا کدوں ختم ہونا یار ابھی تو میں بیچ میں ہوں بالکل شو کے میرے پاس گیسٹ بیٹھے ہوئے ہیں میں تے 24 گھنٹے Drop the stick. My favorite hero. احسن خان صاحب بالکل بالکل او مائی گاڈ آئی لو دس گائے اچھا ہاں یہ میں فلموں کی دیکھی ہیں اپنا ٹی وی ڈرامے جی بالکل اور اللہ کے حکم نال ہوسٹ بھی نمبر ون بالکل بھلا کیوں اکھیں ایڈیاں سونی بالکل کمال بڑے دنوں میں میرے ذہن نہیں سی میں کہ احسن خان صاحب کدھر ملن نا تے جپھی پا کے پسلی توڑ دیا ایسا نہیں اپنی ہاں اپنی گیسٹ نال بڑا ایسا میں نہ کر سکتا بالکل ایسا اور یقین کرو کہ آج میرا دل ایڈا خوش ہے نا وہ اوئے ہوئے دسیا ہی نہیں وہ ساتھ ہے او مائی گاڈ یار آج سورج کدھروں نکلیا آپ جانتے ہیں لو دسو یہ تے محترمہ ساڈی بڑی موسن نے اچھا لو دسو اگر اے دنیا تے نہ ہوندی نیلم منیر صاحبہ تے ناکے دے اوتے اسی مر کھپ جانا سی اچھا اور رات دے ناکے تو پتہ 12 12 گھنٹے دی ڈیوٹی ہوندی او پھر میڈم دی مہربانی نال 12 گھنٹے کٹ دے نے ہاں میں ہن بڑا موبائل لے لیا نا اچھا وہ پھر میں سینٹر دے وچ لا دینا اچھا نالے گڈیاں چیک کر رہے ہوندے نے نالے انہاں دا گانا ویکھ رہے ہوندے کون سا گانا ਤੁਹਾਨੂੰ ਪਤਾ ਹੀ ਨਹੀਂ ਨਹੀਂ ਕੌਣ ਸਾ ਉਹ ਪੂਰੀ ਦੁਨੀਆ ਤੇ ਮਕਬੂਲ ਹੋਇਆ ਕੌਣ ਸਾ ਮਾਹੀ ਓ ਸਰ ਮੈਂ ਤੇ ਉੱਥੇ ਪਰਫਾਰਮ ਕਰਨਾ ਕਿੱਥੇ ਸਾਰੇ ਪੁਲਿਸ ਵਾਲੇ ਇਕੱਠੇ ਹੋਏ ਹੁੰਦੇ ਨੇ ਹਾਂ ਤੇ ਮੈਂ ਫਿਰ ਉਹਨਾਂ ਨੂੰ ਕਰਕੇ ਬਖਾਨਾ ਮਾਹੀ ਵੇ ਹਾਏ 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 ਮੁਹੱਬਤਾਂ ਸਖੀਆਂ ਨੇ ماشاءاللہ انڈو پاک دے وچ سب تو خوبصورت ہیروئن کیڑی ہے بھلا کیڑی ہے میں تواڈے کول پوچھ رہی تسی میرے کول اپنا ایک فٹ دی اجازت سر کیونکہ اجازت بڑی ضروری ہے سر بھائی اج دا دن تے میری لائف دا سب تو بڑا سبسکرائب دن ہے برا انجوائے کر کے آیا لائف آئی واز ان مری اچھا یار مطلب یار ایڈا حسین موسم دیر بعد سنو فالنگ ٹو دا کرکٹ دھام دنک دن یار جنی دیر میں اتھے رہا نا سنو فال ہی ہوتی رہی میرے اتھے برفاں ڈگ رہی ہیں تو پھر میں مری 3 دن رہا زندگی چ پہلی واری 3 دن تادر گردہ تادر گردہ تے اچانک میاں صاحب دا فون آ گیا میں کہ یار ایڈا مزہ آ رہا سی میاں صاحب میں کہندے نے یو آر ان دا مری میں کہ یس سر میں کہندے نے وہ ہمارے گھروں کے آگے ساری برف جمی ہوئی ہے تو اس کو ہٹاؤ وہ پھر میں لے کے گیا ساری گڈیاں چھڈیاں وہ ساری میں صفائی کی تھی تے میں نے کہندے نہیں کہ اپنے میاں آپ ذرا نرگولی یہ برف کب پگھلے گی میں کہ سر جب الیکشن ہوگا تو ساری برف پگھل جائے گی کیسا جواب دیتا اس گل تے میرے ساتھی بڑے خوش سن میرے نال آئی کین امیجن ہاں تے بس پھر میں تھوڑی جی صفائی صفوئی کر کے واپس آیا میں کہ تانوں انوائٹ کراں اچھا اے پروگرام تہاڈا کدوں ختم ہونا یار ابھی تو میں بیچ میں ہوں بالکل شو کے میرے پاس گیسٹ بیٹھے ہوئے ہیں میں تے 24 گھنٹے Drop the stick. My favorite hero. احسن خان صاحب بالکل بالکل او مائی گاڈ آئی لو دس گائے اچھا ہاں یہ میں فلموں کی دیکھی ہیں اپنا ٹی وی ڈرامے جی بالکل اور اللہ کے حکم نال ہوسٹ بھی نمبر ون بالکل بھلا کیوں اکھیں ایڈیاں سونی بالکل کمال بڑے
دنوں میں میرے ذہن نہیں سی میں کہ احسن خان صاحب کدھر ملن نا تے جپھی پا کے پسلی توڑ دیا ایسا نہیں اپنی ہاں ہاں اپنی گیس نال بڑا ایسا میں نہ کر سکتا بالکل ایسا اور یقین کرو کہ آج میرا دل ایڈا خوش ہے نا وہ اوئے ہوئے دسیا ہی نہیں وہ ساتھ ہے او مائی گاڈ یار آج سورج کدھروں نکلیا آپ جانتے ہیں لو دسو اے تے محترمہ ساڈی بڑی موسن نے اچھا لو دسو اگر اے دنیا دے نہ ہوندی نیلم منیر صاحبہ تے ناکے دے اوتے اسی مر کھپ جانا سی اچھا اور رات دے ناکے تو پتہ 12 12 گھنٹے دی ڈیوٹی ہوندی او پھر میڈم دی مہربانی نال 12 گھنٹے کٹ دے نے ہاں میں ہن بڑا موبائل لے لیا نا اچھا ਉਹ ਫਿਰ ਮੈਂ ਸੈਂਟਰ ਦੇ ਵਿੱਚ ਲਾ ਦਿੰਦਾ ਅੱਛਾ ਨਾਲੇ ਗੱਡੀਆਂ ਚੈੱਕ ਕਰ ਰਹੇ ਹੁੰਦੇ ਨੇ ਨਾਲੇ ਇਹਨਾਂ ਦਾ ਗਾਣਾ ਵੇਖ ਰਹੇ ਕੌਣ ਸਾ ਗਾਣਾ ਤੁਹਾਨੂੰ ਪਤਾ ਹੀ ਨਹੀਂ ਨਹੀਂ ਕੌਣ ਸਾ ਉਹ ਪੂਰੀ ਦੁਨੀਆ ਤੇ ਮਕਬੂਲ ਹੋਇਆ ਕੌਣ ਸਾ ਮਾਹੀ ਓਏ 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 ਆਹ ਸਰ ਮੈਂ ਤੇ ਉੱਥੇ ਪਰਫਾਰਮ ਕਰਨਾ ਕਿੱਥੇ ਸਾਰੇ ਪੁਲਿਸ ਵਾਲੇ ਇਕੱਠੇ ਹੋਏ ਹੁੰਦੇ ਨੇ ਹਾਂ ਤੇ ਮੈਂ ਫਿਰ ਉਹਨਾਂ ਨੂੰ ਕਰਕੇ ਬਖਾਨਾ ਮਾਹੀ ਵੇ ਹਾਏ 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 ਮੁਹੱਬਤਾਂ ਸਖੀਆਂ ਨੇ ماشاءاللہ انڈو پاک دے وچ سب تو خوبصورت ہیروئن کیڑی ہے بھلا کیڑی ہے میں تواڈے کول پوچھ رہی تسی میرے کول اپنا ایک فٹ دی اجازت سر کیونکہ اجازت بڑی ضروری ہے سر بھائی اج دا دن تے میری لائف دا سب تو بڑا سبسکرائب دن ہے تھینک یو سر تھینک یو سر